ਅਸਲਾਮ ਅਲੈਕਮ ਗਾਈਜ਼, ਮੈਂ ਹਾਂ ਤੁਹਾਡਾ ਆਪਣਾ ਦੇਸੀ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਨਹੀਂ ਇੱਥੇ ਸਪੇਨ ਵਿੱਚ, ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਪੋਸੀਬਲ ਹੈ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ, ਅਗਰ ਕਿਸੇ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ ਔਨ ਕਰ ਲਓ ਤਾਂ ਕਿ ਨਵੀਂ ਜੈਸੀ ਵੀਡੀਓ ਮੈਂ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ। ਅੱਛਾ ਜੀ, ਗੱਲ ਸ਼ੁਰੂ ਕਰਦੇ ਹਾਂ। ਅਗਰ ਕਿਸੇ ਦਾ ਇੱਥੇ ਰਿਸ਼ਤੇਦਾਰ ਨਹੀਂ ਹੈ ਤਾਂ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਚਾਹ ਰਿਹਾ ਸਪੇਨ ਵਿੱਚ, ਤਾਂ ਉਹ ਕਿਸ ਤਰ੍ਹਾਂ ਕਰਵਾਏਗਾ? ਅੱਜ ਮੈਂ ਤੁਹਾਨੂੰ ਦੱਸਾਂਗਾ ਤਿੰਨ ਤਰੀਕੇ ਇਸ ਚੀਜ਼ ਦੇ। ਪਹਿਲਾ ਤਰੀਕਾ ਇਹ ਹੈ ਕਿ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਫਰੀ ਹੈ, ਬਿਲਕੁਲ ਫਰੀ ਰਜਿਸਟ੍ਰੇਸ਼ਨ ਹੋਣੀ ਹੈ, ਲੇਕਿਨ ਉਸ ਵਾਸਤੇ ਤੁਹਾਨੂੰ ਉਸ ਬੰਦੇ ਨਾਲ ਰਾਬਤਾ ਕਰਨਾ ਪੈਣਾ ਜਿਸਦੇ ਨਾਂ 'ਤੇ ਇੱਕ ਘਰ ਦਾ ਕੰਟਰੈਕਟ ਹੋਏਗਾ, ਉਸਦੇ ਨਾਂ 'ਤੇ ਉਸਦਾ, ਜਾਂ ਉਹ ਉਸਦਾ ਆਪਣੀ ਮਲਕੀਅਤ ਹੋਏਗਾ ਜਾਂ ਫਿਰ ਉਸਨੇ ਵੀ ਕਿਰਾਏ 'ਤੇ ਲੈ ਕੇ ਉਸਦਾ ਕੰਟਰੈਕਟ ਜਿਹੜਾ ਉਹ ਉਸਦੇ ਨਾਂ 'ਤੇ ਹੋਏਗਾ। ਉਸ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਅਗਰ ਉਹ ਫਰੀ ਕਰਾ ਦਿਆ ਤਾਂ ਉਸਦੀ ਮਿਹਰਬਾਨੀ ਹੈ, ਕਿਉਂਕਿ ਅੱਜ ਕੱਲ੍ਹ ਕਾਫੀ ਦੋਸਤਾਂ ਨੇ ਕਾਰੋਬਾਰ ਬਣਾ ਲਿਆ ਬਈ 300 ਯੂਰੋ 400 ਯੂਰੋ ਲੈ ਕੇ 6 ਮਹੀਨਿਆਂ ਦੀ ਜਾਂ ਸਾਲ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਕਰਵਾਉਣ, ਇੰਪਾਦਰੋ ਨਵੀਨ ਤੋਂ ਕਰਵਾਉਣਾ। ਅਤੇ ਇੱਕ ਤਰੀਕਾ ਇਹ ਹੈ। ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਜਿਹੜਾ ਉਹ ਰੈੱਡ ਕਰਾਸ ਕੋਲ ਚਲੇ ਜਾਓ। ਰੈੱਡ ਕਰਾਸ, ਕਰੂਸ ਰੋਖਾ, ਇਹ ਜਿਹੜੀ ਹੈ ਬੜੀ ਜ਼ਬਰਦਸਤ ਆਪਸ਼ਨ ਹੈ। 2 ਸਾਲ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ, ਕਿਸੇ ਦੀ ਕੋਈ ਮਿੰਤਰਲਾ ਨਹੀਂ ਕਰਨਾ, ਕੋਈ ਕੁਝ ਵੀ ਨਹੀਂ ਕਰਨਾ। ਤੁਸੀਂ ਸਿਰਫ ਇੱਕ ਰੂਮ, ਅਗਰ ਤੁਹਾਨੂੰ ਮਿਲ ਰਿਹਾ ਕਿਸੇ ਜਗ੍ਹਾ 'ਤੇ ਤੁਹਾਨੂੰ ਰੈਂਟ 'ਤੇ ਰੂਮ ਮਿਲ ਰਿਹਾ, ਉਹ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਕਰਵਾ ਰਿਹਾ ਆਪਣੇ ਘਰ ਵਿੱਚ, ਤੁਸੀਂ ਕਰੂਸ ਰੋਖਾ ਰੈੱਡ ਕਰਾਸ ਚਲਾ ਜਾਣਾ, ਉਹਨਾਂ ਨੂੰ ਉਹ ਐਡਰੈਸ ਦੇ ਦੇਣਾ। ਉਹਨਾਂ ਨੇ ਸਿਰਫ ਆਉਣਾ ਤੁਹਾਨੂੰ ਤੱਕਣਾ ਉੱਥੇ ਵੀ ਵਾਕਈ ਇਹ ਬੰਦਾ ਜਿਹੜਾ ਉਹ ਇੱਥੇ ਰਹਿ ਰਿਹਾ। ਉਹਨਾਂ ਨੇ ਤੁਹਾਡੀ ਉਸ ਐਡਰੈਸ 'ਤੇ ਜਿਹੜੀ ਉਹ ਇੰਪਾਦਰੋਨਾਮੀਨ ਤੋਂ ਰਜਿਸਟ੍ਰੇਸ਼ਨ ਕਰ ਦੇਣੀ ਹੈ। ਇਸ ਪ੍ਰੋਸੀਜਰ ਵਿੱਚ ਕਮ ਅਜ਼ ਕਮ ਜਿਹੜਾ 2 ਤੋਂ 3 ਮਹੀਨੇ ਲੱਗ ਜਾਣੇ ਇਸ ਪ੍ਰੋਸੀਜਰ ਵਿੱਚ। ਅਤੇ ਸਭ ਤੋਂ ਬੈਸਟ ਆਪਸ਼ਨ ਇਸ ਟਾਈਮ 'ਤੇ ਰੈੱਡ ਕਰਾਸ ਹੈ, ਠੀਕ ਹੈ। 2 ਆਪਸ਼ਨਾਂ ਹੋ ਗਈਆਂ। ਤੀਸਰੀ ਆਪਸ਼ਨ ਬਣਦੀ ਹੈ, ਲੇਕਿਨ ਉਹ ਆਪਸ਼ਨ ਜਿਹੜੀ ਹੈ ਉਹ ਪੇਪਰਾਂ ਤੋਂ ਬਾਅਦ ਦੀ ਬਣਦੀ ਹੈ। ਪੇਪਰਾਂ ਤੋਂ ਬਾਅਦ ਇਹ ਹੋਣਾ, ਤੁਹਾਡੇ ਕੋਲ ਕੰਮ ਵਗੈਰਾ ਹੋਣਾ, ਤੁਹਾਡੇ ਕੋਲ ਜੋਬ ਵਗੈਰਾ ਹੋਏਗੀ, ਤੁਸਾਂ ਕੋਲ ਪੇ ਸਲਿੱਪਾਂ ਬਣ ਜਾਣਗੀਆਂ। ਉਸ ਵਿੱਚ ਇਹ ਹੋਏਗਾ ਬਈ ਤੁਸਾਂ ਉਹ ਪੇ ਸਲਿੱਪਾਂ ਕਮ ਅਜ਼ ਕਮ 3 ਮਹੀਨੇ ਦੀਆਂ ਕਿਸੇ ਏਜੰਸੀ ਵਿੱਚ ਜਾ ਕੇ ਅਤੇ ਤੁਸੀਂ ਉਸ ਉੱਥੋਂ ਇੱਕ ਘਰ ਜਿਹੜਾ ਉਹ ਆਪਣੇ ਕੰਟਰੈਕਟ 'ਤੇ ਲੈ ਸਕਦੇ ਹੋ। ਇਸ ਨਾਲ ਇਹ ਹੋਏਗਾ ਵੀ ਉਸ ਘਰ ਦਾ ਕੰਟਰੈਕਟ ਤੁਹਾਡੇ ਨਾਂ 'ਤੇ ਹੋ ਜਾਏਗਾ ਅਤੇ ਤੁਸੀਂ ਆਪਣੀ ਇੰਪਾਦਰੋਨਾਮੀਅਨ ਤੋਂ ਜਿਹੜੀ ਹੈ ਉਹ ਆਰਾਮ ਸਕੂਨ ਨਾਲ ਕਰਵਾ ਸਕਦੇ ਹੋ, ਬਗੈਰ ਕਿਸੇ ਦੀ ਮਿੰਨਤਾਂ ਕਰਕੇ ਬਗੈਰ ਕਿਸੇ ਦੇ ਤਰਲੇ ਕਰਕੇ, ਠੀਕ ਹੈ ਜੀ। ਇੱਕ ਆਪਸ਼ਨ ਪਹਿਲੀ ਜਿਹੜੀ ਉਹ ਪੈਸਿਆਂ ਲਈ ਹੈ, ਅਗਰ ਉਹ ਕੋਈ ਫਰੀ ਕਰਾ ਦਿਆ ਤਾਂ ਸਾਰਿਆਂ ਤੋਂ ਬੈਸਟ ਹੈ, ਉਹ ਉਸਦਾ ਇੱਕ ਅੱਛਾ ਅਮਲ ਹੋਏਗਾ। ਦੂਸਰੀ ਆਪਸ਼ਨ ਜਿਹੜੀ ਸਾਰਿਆਂ ਤੋਂ ਬੈਸਟ ਹੈ ਉਹ ਰੈੱਡ ਕਰਾਸ ਹੈ। 2 ਸਾਲ ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੁਸੀਂ 2 ਸਾਲ ਰਜਿਸਟ੍ਰੇਸ਼ਨ ਕਰਵਾਈ ਹੈ, ਤੁਸੀਂ ਇੱਕ ਦਫ਼ਾ ਅਗਰ ਰਜਿਸਟ੍ਰੇਸ਼ਨ ਕਰਵਾ ਛੁੜੀਏ 2 ਸਾਲ ਬਾਅਦ ਤੁਸੀਂ ਜਾ ਕੇ ਸਿਰਫ ਰੀਨਿਊ ਕਰਵਾਉਣੀ ਹੈ, ਉੱਥੇ ਹੋ ਹੀ ਰਹੇਗੀ ਤੁਹਾਡੀ ਰਜਿਸਟ੍ਰੇਸ਼ਨ ਹੈ ਜਿਹੜੀ। ਲੇਕਿਨ ਇਹ ਹੈ ਕਿ 2 ਸਾਲ ਬਾਅਦ ਲਾਜ਼ਮੀ ਹੁੰਦਾ ਤੁਸੀਂ ਭਾਵੇਂ ਇੱਥੇ ਰਹੋ ਨਾ ਰਹੋ। ਮੈਂ ਜ਼ਿਆਦਾਤਰ ਮਸ਼ਵਰਾ ਲੋਕਾਂ ਨੂੰ ਇਹ ਦੇਣਾ, ਅਗਰ ਤੁਸੀਂ ਸਪੇਨ ਵਿੱਚ ਰਹਿਣਾ ਤਾਂ ਪਲੀਜ਼ ਇੱਥੇ ਹੀ, ਮਤਲਬ ਅਗਰ ਤੁਸੀਂ ਸਪੇਨ ਦੇ ਪੇਪਰ ਲੈਣਾ ਚਾਹ ਰਹੇ ਹੋ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ ਸਪੇਨ ਵਿੱਚ ਹੀ ਰਹੋ। ਇਸ ਨਾਲ ਇਹ ਹੋਏਗਾ ਬਈ ਇੱਕ ਤਾਂ ਤੁਹਾਨੂੰ ਜ਼ੁਬਾਨ ਆਏਗੀ, ਦੂਸਰਾ ਤੁਸੀਂ ਇੱਥੇ ਦੇ ਮਾਹੌਲ ਨੂੰ ਸਮਝ ਸਕੋਗੇ, ਕਿਉਂਕਿ ਜਿੰਨੇ ਤੋਂ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸ ਨਹੀਂ ਨਾ ਆਉਣਾ, ਤੁਸੀਂ ਕਿਸੇ ਦੂਸਰੇ ਮੁਲਕ ਵਿੱਚ ਜਾ ਕੇ ਕੰਮ ਨਹੀਂ ਕਰ ਸਕਦੇ। ਇਸ ਵਾਸਤੇ ਮੈਂ ਜ਼ਿਆਦਾਤਰ ਬੰਦਿਆਂ ਨੂੰ ਇਹੀ ਮਸ਼ਵਰਾ ਦੇਣਾ, ਅਗਰ ਤੁਸੀਂ 3 ਸਾਲ ਵੇਟ ਕਰਨਾ ਨਾ, ਉਹ ਵੇਟ ਤੁਸੀਂ ਇੱਥੇ ਰਹਿ ਕੇ ਕਰੋ, ਇੱਥੇ ਦੇ ਮਾਹੌਲ ਨੂੰ ਸਮਝੋ, ਇੱਥੇ ਦੀ ਜਿਹੜੀ ਕਾਰੋਬਾਰੀ ਲਾਈਨ ਹੈ ਉਸ ਵਿੱਚ ਤੁਸੀਂ ਪਵੋ। ਕਾਰੋਬਾਰ ਤਾਂ ਨਹੀਂ ਕਰ ਸਕਦੇ, ਲੇਕਿਨ ਇਹ ਹੈ ਕਿ ਦੂਸਰਿਆਂ ਨੂੰ ਕਾਰੋਬਾਰ ਤੱਕ ਕਰਦਿਆਂ ਤੱਕੋ, ਉਹਨਾਂ ਨਾਲ ਕੰਮ ਕਰੋ,
ਕਿਸੇ ਵੀ ਫੀਲਡ, ਇੱਕੋ ਵੀ ਫੀਲਡ ਚੁਣ ਲਓ ਜਿਹੜੀ ਤੁਹਾਨੂੰ ਅੱਛੀ ਲੱਗਦੀ ਹੈ, ਵੀ ਫੀਲ ਹੋ ਰਿਹਾ ਵੀ ਮੈਨੂੰ ਇਸ ਵਿੱਚ ਮੈਨੂੰ ਆਪਣਾ ਫਿਊਚਰ ਨਜ਼ਰ ਆ ਰਿਹਾ। ਮਿਸਾਲ ਦੇ ਤੌਰ 'ਤੇ ਅਗਰ ਫਾਸਟ ਫੂਡ ਵਿੱਚ ਤੁਸੀਂ ਇੰਟਰਸਟਿਡ ਹੋ, ਤੁਸੀਂ ਕੋਸ਼ਿਸ਼ ਕਰੋ ਕਿਸੇ ਫਾਸਟ ਫੂਡ ਵਾਲੇ ਕੋਲ ਕੰਮ ਕਰ ਲਓ। ਅਗਰ ਤੁਸੀਂ ਕਿਸੇ ਮਾਰਕੀਟ ਵਿੱਚ ਇੰਟਰਸਟਿਡ ਹੋ, ਮਾਰਕੀਟ ਸੁਪਰ ਮਾਰਕੀਟਾਂ ਜਿਹੜੀਆਂ, ਤੁਸੀਂ ਕੋਸ਼ਿਸ਼ ਕਰੋ ਕਿਸੇ ਅਲਮਤਸਿਊਨ ਵਗੈਰਾ ਦਾ ਸੁਪਰ ਮਾਰਕੀਟ ਦਾ ਕੰਮ ਕਰ ਲਓ। ਫਿਰ ਇਹ ਹੋਣਾ ਨਾ, 3 ਸਾਲ ਬਾਅਦ ਅਗਰ ਤੁਸੀਂ ਪੇਪਰ ਲੈ ਕੇ, 1 ਸਾਲ ਤੁਸੀਂ ਨਹੀਂ ਕਾਰੋਬਾਰ ਕਰ ਸਕਦੇ, ਲੇਕਿਨ ਉਹ ਜਿਹੜੀ ਦੂਸਰੀ 2 ਸਾਲ ਵਾਲੀ ਮਿਲਦੀ ਹੈ ਨਾ, ਉਸ 'ਤੇ ਤੁਸੀਂ ਆਟੋਨਾਮਾ ਵਗੈਰਾ ਬਣਾ ਕੇ ਅਤੇ ਤੁਸੀਂ ਕੰਮ ਕਰ ਸਕਦੇ ਹੋ, ਆਪਣਾ ਕਾਰੋਬਾਰ ਖੋਲ੍ਹ ਸਕਦੇ ਹੋ। ਉਸ ਵਿੱਚ ਤੁਹਾਨੂੰ ਕਿਸੇ ਕੋਲ ਅਗਰ ਕੋਈ 1000 ਤੁਹਾਨੂੰ ਦੇਣ ਲੱਗੇ, ਆਪਣੀ ਦੁਕਾਨ 'ਚ ਬੰਦਾ 800 ਵੀ ਬਚਾਵਾ, 1200 ਵੀ ਬਚਾਵਾ, 1600 ਵੀ ਬਚਾਵਾ, ਇਹ ਪ੍ਰੋਫਿਟ ਹੀ ਹੋਣੀ ਹੈ, ਕਿਸੇ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣੀਆਂ। ਜ਼ਿਆਦਾਤਰ ਬੰਦਿਆਂ ਨੇ ਅੱਜ ਕੱਲ੍ਹ ਇਸ ਤਰ੍ਹਾਂ ਹੀ ਕੀਤੇ ਆ। 5 ਸਾਲ ਬਾਅਦ ਅਗਰ ਤੁਸੀਂ ਕਿਸੇ ਦੂਸਰੇ ਮੁਲਕ ਸ਼ਿਫਟ ਹੋਣਾ ਚਾਹੁੰਦੇ ਹੋ, 5 ਸਾਲ ਅਗਰ ਤੁਹਾਨੂੰ ਪਰਮਾਨੈਂਟ ਰੈਜੀਡੈਂਸ ਲੱਭ ਗਿਆ, ਤੁਸੀਂ ਦੂਸਰੇ ਮੁਲਕ, ਅੱਬਲ ਤਾਂ ਜਿਹੜਾ 3 ਸਾਲ ਇੱਥੇ ਰਹਿ ਲੈਣਾ ਨਾ, ਮੈਨੂੰ ਨਹੀਂ ਲੱਗਦਾ ਵੀ ਉਹਨੂੰ ਕੋਈ ਹੋਰ ਮੁਲਕ ਪਸੰਦ ਆਏਗਾ, ਕਿਉਂਕਿ ਸਪੇਨ ਜਿਹੜਾ ਕਾਰੋਬਾਰ ਵਾਸਤੇ ਮੌਸਮ ਦੇ ਲਿਹਾਜ਼ ਨਾਲ, ਹਰ ਲਿਹਾਜ਼ ਨਾਲ ਮੈਨੂੰ ਤਾਂ ਬਹੁਤ ਅੱਛਾ ਲੱਗਾ। ਲੇਕਿਨ ਡਿਪੈਂਡ ਕਰਦਾ ਹੁਣ ਬੰਦਿਆਂ 'ਤੇ ਵੀ, ਜ਼ਾਹਿਰੀ ਗੱਲ ਹੈ ਇੱਥੇ ਉਸ ਤਰ੍ਹਾਂ ਦਾ ਪੈਸਾ ਨਹੀਂ ਹੈ ਜਿਸ ਤਰ੍ਹਾਂ ਅਮੈਰੀਕਾ ਜਾਂ ਇੰਗਲੈਂਡ ਆਖ ਸਕਦੇ ਹੋ, ਲੇਕਿਨ ਉਹਨਾਂ ਮੁਲਕਾਂ ਵਿੱਚ ਜਾਣਾ, ਪੇਪਰ ਬਣਾਉਣਾ, ਇਹ ਵੀ ਤੁਹਾਨੂੰ ਪਤਾ ਵੀ ਬਹੁਤ ਮੁਸ਼ਕਲ ਹੈ। ਅਤੇ ਇਸ ਵਾਸਤੇ ਮੈਂ ਜ਼ਿਆਦਾਤਰ ਲੋਕਾਂ ਨੂੰ ਮਸ਼ਵਰਾ ਹੀ ਦੇਣਾ ਵੀ ਤੁਸੀਂ ਅਗਰ ਸਪੇਨ ਦੇ ਪੇਪਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਪੇਨ ਵਿੱਚ 3 ਸਾਲ ਕੱਢੋ, ਇੱਥੇ ਦੀ ਜ਼ਬਾਨ ਸਿੱਖੋਗੇ, ਜ਼ਬਾਨ ਸਿੱਖੋਗੇ ਤੁਹਾਡੇ ਕਾਰੋਬਾਰ ਵਿੱਚ ਆਸਾਨੀ ਹੋਏਗੀ, ਤੁਸੀਂ ਆਸਾਨੀ ਨਾਲ ਡੀਲਿੰਗ ਕਰ ਸਕਦੇ ਹੋ ਬੰਦਿਆਂ ਨਾਲ। ਅਤੇ ਬਸ ਅੱਜ ਦਾ ਛੋਟੀ ਜਿਹੀ ਵੀਡੀਓ ਸੀ ਇਹ ਲਈ। ਅਤੇ ਪਲੀਜ਼ ਅਗਰ ਵੀਡੀਓ ਪਸੰਦ ਆਉਣੀ ਹੈ ਤਾਂ ਇਹਨੂੰ ਲਾਜ਼ਮੀ ਸ਼ੇਅਰ ਕਰਿਆ ਕਰੋ। ਹਰ ਵੀਡੀਓ 'ਚ ਮੈਂ ਯਾਦਾਂ ਸ਼ੇਅਰ ਕਰਨ ਨਾਲ ਇਨਫੋਰਮੇਸ਼ਨ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਕੋਲ ਜਾਣੀ ਹੈ। ਦੂਸਰਾ ਇਹ ਹੋਣਾ ਵੀ ਕੋਮੈਂਟਸ ਵਿੱਚ ਆਉਣੇ ਮੁਖਤਲਿਫ ਕਿਸਮ ਦੇ ਸਵਾਲ, ਜਿਹੜੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਨਾ, ਹਰ ਕਿਸੇ ਦੇ ਜ਼ਹਿਨ ਵਿੱਚ ਕੋਈ ਨਾ ਕੋਈ ਸਵਾਲ ਪੈਦਾ ਹੋਣਾ, ਤਾਂ ਉਹ ਸਵਾਲ ਜਿਹੜਾ ਨਾ ਉਹ ਫਿਰ ਕੋਮੈਂਟਸ ਵਿੱਚ ਤੁਸੀਂ ਮੈਨੂੰ ਸੈਂਡ ਕਰਦੇ ਹੋ। ਤਾਂ ਮੈਂ ਕੋਸ਼ਿਸ਼ ਕਰਦਾ ਵੀ 99% ਮੈਂ ਕੋਸ਼ਿਸ਼ ਕਰਦਾ ਜਵਾਬ ਦੇਣ ਦੀ। ਤਾਂ ਮੇਰੇ ਕੋਮੈਂਟਸ ਬੋਕਸ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ, 99% ਬੰਦਿਆਂ ਨੂੰ ਮੈਂ ਜਵਾਬ ਦੇਣਾ ਵੀ ਆਵਾਂ। ਮੈਂ ਆਪਣਾ ਵਟਸਐਪ ਨੰਬਰ ਸ਼ੋਅ ਕੀਤੇ ਹੈ, ਕੋਈ ਵੀ ਮੈਨੂੰ ਕਾਲ ਕਰਦਾ, ਕੋਈ ਵੀ ਮੈਸੇਜ ਕਰਦਾ, ਮੇਰੀ ਕੋਸ਼ਿਸ਼ ਹੋਣੀ ਹੈ ਮੈਂ ਆਪਣਾ ਕੰਮ ਛੋੜ ਕੇ ਪਹਿਲਾਂ ਤੁਸਾਂ ਸਾਰਿਆਂ ਦੇ ਕੰਮ ਆਵਾਂ। ਕਿਉਂਕਿ ਮੇਰਾ ਚੈਨਲ ਬਣਾਉਣ ਦਾ ਮਕਸਦ ਇਹ ਸੀ ਕਿ ਮੈਨੂੰ ਜਿਹੜੀਆਂ ਮੁਸੀਬਤਾਂ ਤੱਕਣੀਆਂ ਪਈਆਂ ਨਾ, ਅੱਜ ਤੋਂ 2012 ਵਿੱਚ, ਪਹਿਲਾਂ 2012 ਵਿੱਚ ਜਿਹੜਾ ਮੈਂ ਆਇਆ ਸੀ ਨਵਾਂ, ਉਹ ਮੇਰੇ ਹੁਣ ਭਰਾ ਜਿਹੜੇ ਨੇ, ਜੋ ਵੀ ਫੈਮਲੀਆਂ ਆ ਰਹੀਆਂ ਨੇ, ਜਿਸ ਤਰ੍ਹਾਂ ਵੀ ਹੈ, ਉਹਨਾਂ ਨੂੰ ਉਹ ਮੁਸੀਬਤਾਂ ਨਾ ਤੱਕਣੀਆਂ ਪਾਉਣ, ਮੇਰੀ ਕੋਸ਼ਿਸ਼ ਇਹ ਹੈ। ਅਤੇ ਇਸ ਮੇਰੀ ਕੋਸ਼ਿਸ਼ ਵਿੱਚ ਅਗਰ ਤੁਸੀਂ ਸਾਥ ਨਹੀਂ ਦਿਓਗੇ ਤਾਂ ਫਿਰ ਮੈਨੂੰ ਲੱਗਦਾ ਵੀ ਮੇਰਾ ਕੋਈ ਫਾਇਦਾ ਹੀ ਕੋਈ ਨਹੀਂ ਚੈਨਲ ਬਣਾਉਣ ਦਾ। ਤੁਸੀਂ ਮੇਰੇ ਸਬਸਕ੍ਰਾਈਬਰ ਹੋ, ਤੁਸੀਂ ਕੋਸ਼ਿਸ਼ ਕਰੋ, ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਨਾ, ਤੁਸੀਂ ਕੋਸ਼ਿਸ਼ ਕਰੋ ਵੀ ਚੈਨਲ ਦੀ ਲਿੰਕ ਚੁੱਕੋ, ਆਪਣੇ ਫੇਸਬੁੱਕ ਦੇ ਕਿਸੇ ਗਰੁੱਪਾਂ ਵਿੱਚ ਸੈਂਡ ਕਰ ਦਿਓ, ਵਟਸਐਪ ਦੇ ਗਰੁੱਪਾਂ 'ਚ ਸੈਂਡ ਕਰ ਦਿਓ ਵੀ ਇਹਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ, ਤਾਂ ਕਿ ਸਾਡੇ ਜਿਤਨੇ ਵੀ ਆਉਣਗੇ ਨਾ ਸਾਥੀ, ਉਤਨਾ ਹੀ ਜ਼ਿਆਦਾ ਸਾਨੂੰ ਸਵਾਲ ਆਉਣਗੇ ਸਾਡੇ, ਉਹਨਾਂ ਦੇ ਜਵਾਬ ਦੇਣ ਦਾ ਮਜ਼ਾ ਆਏਗਾ। ਕੋਮੈਂਟਸ ਬੋਕਸ ਵਿੱਚ ਮੈਂ ਕੋਸ਼ਿਸ਼ ਕਰਦਾ ਹਰ ਕਿਸੇ ਨੂੰ ਮੈਂ ਜਵਾਬ ਦਿਆਂ, ਇਸ ਵਾਸਤੇ ਮੈਂ ਹਰ ਚੀਜ਼ ਆਪਣੀ ਮੈਂਸ਼ਨ ਕਰ ਛੋੜਦਾ ਹਰ ਵੀਡੀਓ ਦੇ ਥੱਲੇ। ਇੰਸਟਾਗ੍ਰਾਮ ਮੇਰਾ, ਟਵਿੱਟਰ ਹੈ, ਉਸ ਤੋਂ ਬਾਅਦ ਮੇਰੇ ਫੇਸਬੁੱਕ ਦੇ ਜਿਤਨੇ ਪੇਜ ਹਨ, ਫੇਸਬੁੱਕ ਦੇ ਗਰੁੱਪ ਹਨ, ਫੇਸਬੁੱਕ ID ਹੈ ਮੇਰੀ, ਉਸ ਤੋਂ ਬਾਅਦ ਜਨਾਬ ਟਿਕਟੋਕ ਦੀ ID ਹੈ। ਮੈਂ ਕੋਸ਼ਿਸ਼ ਕੀਤੀ ਹੈ ਮੈਂ ਹਰ ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ, ਕੋਈ ਵੀ ਮੇਰੇ ਨਾਲ ਰਾਬਤਾ ਕਰ ਸਕਦਾ, ਕੋਈ ਟੈਨਸ਼ਨ ਨਾ ਕਿਸੇ ਨੂੰ ਆਵੇ। ਅਤੇ ਤੁਸੀਂ ਵੀ ਅਗਰ ਮੇਰਾ ਇਸ ਵੀਡੀਓ ਵਿੱਚ ਸ਼ੇਅਰ ਕਰਨ ਵਿੱਚ ਮੇਰਾ ਸਾਥ ਦਿਓਗੇ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। ਮੈਂ ਐਜ਼ ਅ ਸਦਕੇ ਜਾਰੀਆ ਕੰਮ ਕਰ ਰਿਹਾ, ਅਤੇ ਅਗਰ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਨਾ, ਤਾਂ ਮੈਨੂੰ ਲੱਗਦਾ ਵੀ ਇਹ ਚੇਂਜ ਜਿਹੜੀ ਹੈ ਨਾ, ਉਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਜਾਓਗੇ। ਤੁਸੀਂ ਵੀ ਸਦਕਾ ਜਾਰੀਆ ਸਮਝ ਕੇ, ਸ਼ੇਅਰ ਕਰਨ 'ਚ ਕਿਤਨੀ ਦੇਰ ਲੱਗਦੀ ਹੈ, ਸਿਰਫ ਇੱਕ ਕਲਿੱਕ ਸ਼ੇਅਰ, ਅਤੇ ਦੂਸਰਾ ਕਲਿੱਕ ਕੋਈ ਜਿਹੜੀ ਵੀ ਤੁਸੀਂ ਆਪਸ਼ਨ ਚੂਜ਼ ਕਰਨੀ ਹੈ, ਫੇਸਬੁੱਕ, ਵਟਸਐਪ, ਜਿਸ ਤਰ੍ਹਾਂ ਵੀ ਹੈ। ਅਤੇ ਪਲੀਜ਼ ਵੀਡੀਓ ਨਹੀਂ ਸ਼ੇਅਰ ਕਰੋ, ਰਜਿਸਟ੍ਰੇਸ਼ਨ ਦੇ ਤੁਹਾਨੂੰ ਤਰੀਕੇ ਦੱਸੇ ਨੇ, ਅਗਰ ਫਿਰ ਵੀ ਨਹੀਂ ਤੁਹਾਨੂੰ ਸਮਝ ਆਈ, ਮੈਨੂੰ ਕੋਮੈਂਟਸ ਕਰੋ, ਮੇਰਾ ਨੰਬਰ ਮੈਂ ਕੋਮੈਂਟਸ ਵਿੱਚ ਆਪਣਾ ਛੋੜ ਦਿਆਂਗਾ, ਆਪਣਾ ਵਟਸਐਪ ਨੰਬਰ,
ਤੁਸੀਂ ਮੇਰੇ ਨਾਲ ਵਟਸਐਪ 'ਤੇ ਰਾਬਤਾ ਕਰ ਸਕਦੇ ਹੋ ਅਤੇ ਇਸ ਨਾਲ ਚੀਜ਼ ਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਨੈਕਸਟ ਵੀਡੀਓ 'ਚ ਮਿਲਦੇ ਹਾਂ। ਅਸਲਾਮ ਵਾਲੇਕੁਮ।